एक पासे कर्फ्यू लगा है तो दूसरे पासे कपूरथला तो इंसानियत नु शर्मसार कर देने वाली घटना सामने आई है, जिससे सरकारी अनाज दी वंड नु लेके हुई हथापाई दे दौरान सरकारी डिपो होल्डर दे भरा दी मौत हो गई है। दस दईए कि कपूरथला तो यह दूसरी मौत की घटना सामने आई है। यह घटना उस वेले वापरी जदों डिपो होल्डर का भरा मुहल्ले दे विच लोगों नू कणक दीआं पर्चियां दे रहा सी। तां इस दौरान आरोपी परिवार ने उस कोलों अपने परिवार लई कणक दी पर्ची मंगी ते उसने कहा कि उन्हां दे परिवार का नाम इस लिस्ट विच नहीं है। तां परिवार दी इक औरत ते उसदे नाल तीन होर लोगों दे नाल उसदी झड़प तों बाद हुई हथापाई दे दौरान उह डिग गया ते उसदी मौत हो गई। ਅਸੀਂ ਕਣਕ ਦੀਆਂ ਪਰਚੀਆਂ ਕੱਟਣ ਗਏ ਉੱਥੇ ਪਰਚੀਆਂ ਕੱਟਣ ਨਹੀਂ 10 ਪਰਚੀਆਂ ਹਜੇ ਕੱਟੀਆਂ ਸੀਗੀਆਂ ਇੰਨੀ ਦੇਰ ਦੇ ਵਿੱਚ ਉੱਥੇ ਰੌਲਾ ਪੈ ਗਿਆ ਰੌਲਾ ਪਿਆ ਜਦੋਂ ਕਿ ਉਹਨਾਂ ਨੇ ਕਿਹਾ ਕਿ ਸਾਡਾ ਮਤਲਬ ਕਣਕ ਅਸੀਂ ਲੈਣੀ ਹੈ ਜੀ ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਕਣਕ ਦੇ ਵਿੱਚ ਜਿਹੜੇ ਆ ਸੀਗੇ ਜੀ ਜਿਹੜੇ ਲੜੇ ਸਾਡੇ ਨਾਲ ਕਿ ਉਹਨਾਂ ਨੂੰ ਕਿਹਾ ਤੁਹਾਡਾ ਲਿਸਟ ਦੇ ਵਿੱਚ ਨਾਮ ਹੈ ਨਹੀਂਗਾ ਉਹ ਕਹਿੰਦੇ ਜੀ ਲਿਸਟ 'ਚ ਨਾਮ ਹੈ ਨਹੀਂਗਾ ਕਿਉਂ ਨਹੀਂ ਹੈਗਾ ਤਾਂ ਕਿ ਅਸੀਂ ਤੁਹਾਡਾ ਡਿਪੂ ਬੰਦ ਕਰਾ ਦਾਂਗੇ ਯੂ ਕਰ ਦਾਂਗੇ ਅਤੇ ਸਾਡੀ ਪਹੁੰਚ ਬਹੁਤ ਆ ਅਸੀਂ ਕਿਹਾ ਹੱਥੀ ਦੇ ਇੰਨੀ ਦੇਰ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਸੀ ਲੇਡੀਜ਼ ਦੇ ਨਾਲ ਮੁੰਡੇ ਸੀ ਉਹਨਾਂ ਨੇ ਆ ਕੇ ਚਾਚਾ ਜੀ ਦੇ ਛਾਤੀ ਦੇ ਵਿੱਚ ਆ ਕੇ ਘਸੋਣ ਮਾਰੇ ਦੋ ਨਾਮ ਕੀ ਚਾਚਾ ਜੀ ਅਨਿਲ ਮਹਾਜਨ ਉਹਨਾਂ ਦੇ ਘਸੋਣ ਮਾਰੇ ਸੀ ਇੰਨੀ ਦੇਰ ਵਿੱਚ ਚਾਚੇ ਡਿੱਗ ਗਏ ਇੰਨੀ ਦੇਰ 'ਚ ਉਹਨਾਂ ਨੇ ਦਸਤੇ ਕੱਢੇ ਕਈ ਦੇ ਜਦੋਂ ਦਸਤੇ ਕੱਢੇ ਆ ਕਿ ਉਸ ਤੋਂ ਬਾਅਦ ਚਾਚਾ ਜੀ ਨਹੀਂ ਉੱਠੇ ਜਿਹੜੇ ਉਸੇ ਵੱਲੇ ਹੀ ਉੱਥੇ ਹੀ ਹੋ ਗਈ ਲੜਾਈ ਹੋਣ ਦਾ ਮੇਨ ਕਾਰਨ ਕੀ ਸੀ ਕਿ ਕਣਕ ਦਿਓ ਸਾਨੂੰ ਕਣਕ ਲਿਸਟ ਵਿੱਚ ਨਾਮ ਹੈ ਨਹੀਂ ਹੈ ਕਣਕ ਅਸੀਂ ਸਰਕਾਰ ਦਾ ਮਾਰ ਕਿੱਦਾਂ ਦੇ ਦਾਂਗੇ ਜੋ ਨਾਮ ਹੈਗੇ ਅਸੀਂ ਉਹ ਵੀ ਦੇ ਸਕਦੇ ਉਹ ਹੈਗੇ ਕਿ ਭਾਈ ਜੀ ਤਿੰਨ ਕੁ ਜਣੇ ਹੈਗੇ ਜੀ ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਇਨਸਾਫ਼ ਦਿਓ ਜੋ ਕਾਨੂੰਨੀ ਕਾਰਵਾਈ ਹੁੰਦੀ ਹੈ दूजे पासे इस मामले ते कार्रवाई करदे पुलिस ने औरत ते तीन लोकां समेत चार ते हत्या दा मामला दर्ज कर लिया ते मेडिकल रिपोर्ट दा इंतजार कीता जा रहा है। अज अपने लौड़ी गेट दे विच अनिल महाजन होरी डीप दा काम करदे ने बस उहनां दे नाल ब्रदर भी हैगे ने विजय कुमार महाजन ये बेसिकली उत्थे डीपू जिहड़ी अपने पीडीएफ दी जिहड़ी पीडीएफ दी कणक दी आ उहदी पर्चियां वंडदे सीगे जिथे अपने दौतरा होमगार्ड हैगा मुलाजम उहदी वाइफ सीगी ਉਹਦੇ ਦੋ ਬੱਚੇ ਜਾ ਕੇ ਇਹਨਾਂ ਨੂੰ ਬੈਸਣ ਲੱਗ ਪਏ ਜੂਰੀ ਸਾਰੀ ਪਰਚੀਆਂ ਝਗੜੇ ਤੋਂ ਇਸੇ ਕਰਕੇ ਇਹਨਾਂ ਦੇ ਆਪਸ ਨਾਲ ਕੀ ਹੱਥਬਾਈ ਹੋਈ ਜਿਹਦੇ ਕਰਕੇ ਉੱਥੇ ਆਪਣਾ ਹੁੰਦੀ ਆ ਡੈਥ ਹੋ ਗਈ ਸਰ ਕਿੰਨੇ ਕੁ ਵਜੇ ਦੀ ਘਟਨਾ ਇਹ ਕੋਈ 11:30 ਜਾਂ ਇਸ ਟਾਈਮ ਦੇ ਸਰ ਲੜਾਈ ਹੋਣ ਦਾ ਮੇਨ ਕਾਰਨ ਕੀ ਸੀ ਮੇਨ ਇਹ ਸੀ ਵੀ ਇਹਨਾਂ ਦੇ ਇਹ ਅਲੀਨ ਆਪਣੀ ਸਰਕਾਰ ਦੀ ਪਰਚੀ ਹੈ ਕਾਰਨ ਸਾਨੂੰ ਪਰਚੀ ਨਹੀਂ ਮਿਲਣੀ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਜਾਂ ਲੈ ਲਏ ਨੇ ਉਸ ਬੰਦੇ ਐਫ ਆਈ ਆਰ ਕਰਕੇ कपूरथला तो साहिल गुप्ता की रिपोर्ट।